ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਸ਼ਖਸ ਦੀ ਮੌਤ ਦੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ, ਯਾਨੀ ਕਿ ਦੂਜਾ ਜਿਹੜਾ ਗੰਭੀਰ ਆ ਉਹ ਜ਼ਖਮੀ ਹੋ ਗਿਆ, ਜਿਹੜਾ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਦਿਖਾਈ ਦੇ ਰਿਹਾ। ਜ਼ਖਮੀ ਨੂੰ ਜਿਹੜਾ ਹੋਸਪਿਟਲ 'ਚ ਦਾਖਲ ਕਰਾਇਆ ਗਿਆ, ਜਿਸ ਤੋਂ ਬਾਅਦ ਇੱਥੋਂ ਜਿਹੜਾ ਉਹਨੂੰ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਵਾਸਤੇ, ਜਿੱਥੇ ਉਹਦਾ ਇਲਾਜ ਜਿਹੜਾ ਉਹ ਚੱਲਦਾ ਪਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਸ਼ਾਦੀ ਸਮਾਰੋਹ ਤੋਂ ਜਿਹੜੇ ਦੋ ਸ਼ਖਸ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਘਰਾਂ ਨੂੰ ਵਾਪਸ ਜਾ ਰਹੇ ਸੀਗੇ, ਅਤੇ ਅੱਗੋਂ ਜਿਹੜੀ ਇੱਕ ਗੱਡੀ ਆ ਰਹੀ ਸੀ ਤਾਂ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਵੀ ਕੋਈ ਛੋਟੀ ਗੱਡੀ ਆ ਰਹੀ ਆ, ਉਹ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਸਾਹਮਣੇ ਜਿਹੜੀ ਆ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਹਦੇ ਵਿੱਚ ਹਾਦਸਾ ਜਿਹੜਾ ਵਾਪਰਿਆ ਅਤੇ ਇੱਕ ਸ਼ਖਸ ਦੀ ਜਿਹੜੀ ਆ ਉਹ ਮੌਕੇ 'ਤੇ ਹੀ ਮੌਤ ਹੋ ਗਈ। ਜਿਹੜੀ ਗੱਡੀ ਆ ਉਹ ਦੱਸਿਆ ਜਾ ਰਿਹਾ ਵੀ ਆਰਮੀ ਜਿਹੜੀ ਆ ਉਹਨਾਂ ਦੀ ਗੱਡੀ ਆ ਉਹ ਦੱਸਿਆ ਜਾ ਰਿਹਾ, ਅਤੇ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰਦੀ ਪਈ ਆ ਵੀ ਜਿਹੜਾ ਹਾਦਸਾ ਉਹ ਕਿਸ ਤਰ੍ਹਾਂ ਵਾਪਰਿਆ ਅਤੇ ਆਖਿਰ ਉਹ ਕਿਹਦੀ ਗਲਤੀ ਸੀ ਤਾਂ ਜੋ ਅਗਲੀ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ਼ ਜਿਹੜੀ ਆ ਉਹ ਕੀਤੀ ਜਾ ਸਕੇ, ਕਿਉਂਕਿ ਆਰਮੀ ਦੀ ਗੱਡੀ ਆ ਇਸ ਕਰਕੇ ਵੀ ਪੁਲਿਸ ਵੀ ਜਿਹੜੀ ਆ ਫੂਕ ਫੂਕ ਕੇ ਕਦਮ ਜਿਹੜਾ ਉਠਾਉਂਦੀ ਦਿਖਾਈ ਦੇ ਰਹੀ ਆ, ਅਤੇ ਜੋ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਵੀ ਜਿਹੜੇ ਪੀੜ੍ਹੀ ਪਰਿਵਾਰ ਆ ਉਹ ਮਤਲਬ ਇਨਸਾਫ਼ ਦੀ ਜਿਹੜੀ ਮੰਗ ਜ਼ਰੂਰ ਕਰਦਾ ਪਿਆ, ਲੇਕਿਨ ਜਿਹੜਾ ਸ਼ਖਸ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਪਿਆ ਉਹਦਾ ਜਿਹੜੇ ਹਾਲਾਤ ਹੈ ਉਹ ਜਿਹੜੇ ਨਾਜ਼ੁਕ ਬਣੇ ਹੋਏ ਆ, ਜਿਸ ਕਰਕੇ ਪਰਿਵਾਰ ਵੀ ਜਿਹੜਾ ਚਿੰਤਿਤ ਕਾਫੀ ਦਿਖਾਈ ਦੇ ਰਿਹਾ, ਅਤੇ ਜੇ ਇੱਕ ਸ਼ਖਸ ਦੀ ਜਿਹੜੀ ਆ ਮੌਕੇ 'ਤੇ ਮੌਤ ਹੋ ਚੁੱਕੀ ਆ, ਉਹਦੇ ਪਰਿਵਾਰ ਦੇ ਵਿੱਚ ਗਮਹੀਨ ਜਿਹੜਾ ਮਾਹੌਲ ਹੈ ਉਹ ਦੇਖਣ ਨੂੰ ਸਾਫ਼ ਤੌਰ 'ਤੇ ਮਿਲਦਾ ਪਿਆ ਦਿਖਾਈ ਦੇ ਰਿਹਾ, ਅਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦੀ ਜਿਹੜੀ ਆ ਜਾਂਚ ਕਰਦੀ ਪਈ ਆ, ਕਿਉਂਕਿ ਦੇਰ ਰਾਤ ਜਿਹੜਾ ਇਹ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਅਤੇ ਮੌਕੇ 'ਤੇ ਪਹੁੰਚੀ ਹੈ, ਅਤੇ ਉੱਥੇ ਜਿਹੜਾ ਹਾਦਸੇ ਦੀ ਜਿਹੜੀ ਆ ਉਹ ਜਾਣਕਾਰੀ ਪ੍ਰਾਪਤ ਕਰਦੀ ਪਈ ਹੈ, ਤਾਂ ਕਿ ਜੋ ਅਗਲੀ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾ ਸਕੇ। ਇਹ ਸੜਕੀ ਹਾਦਸਾ ਹੋਇਆ ਅਤੇ ਸੜਕੀ ਹਾਦਸੇ ਵਿੱਚ ਇੱਕ ਦੀ ਮੌਤ, ਇੱਕ ਜਿਹੜਾ ਗੰਭੀਰ ਹੈ ਉਹ ਜ਼ਖਮੀ ਹੋਇਆ। ਪਿੰਡੀ ਵਾਲੇ ਦਾ ਇਹ ਕੀ ਲੱਗਦਾ ਸੀ? ਬੇਟਾ ਮੈਂ। ਬੇਟਾ ਦਾ ਕਿੰਨੀ ਉਮਰ ਸੀ? ਵੀ ਸੀ 24 ਸਾਲ। 24 ਸਾਲ? ਹਾਂ। ਤੇ ਕਿੱਥੇ ਗਏ ਸੀ, ਕਿੱਥੋਂ ਆ ਰਹੇ ਸੀ? ਇੱਥੇ ਆਪਣੇ ਆ ਜੱਲੋ ਕਸ ਗਿਆ ਸੀ ਤੇ ਵਿਆਹ ਸੀਗਾ। ਵਿਆਹ ਸੀਗਾ? ਹਾਂਜੀ। ਫੰਕਸ਼ਨ ਤੋਂ ਆ ਰਹੇ ਸੀ ਤੁਸੀਂ? ਹਾਂਜੀ। ਅਸਦੇ ਕੁੱਟਦੇ ਕਿ ਇੱਥੇ ਕੀ ਆ ਗਏ? ਅਸਦੇ ਖੇਡਦੇ ਆ ਰਹੇ ਪਏ ਸੀ। ਹਾਂ। ਇੱਥੇ ਕੁੱਦੇ ਰਹੇ ਉੱਥੇ। ਹਾਂ। ਜਦੋਂ ਅਸੀਂ ਘਰ ਪਹੁੰਚੇ ਸਾਨੂੰ ਫੋਨ ਮਗਰ ਗਿਆ ਵੀ ਤੇਰਾ ਐਕਸੀਡੈਂਟ ਹੋ ਗਿਆ ਬੇਦਾ ਵੱਡੇ ਦਾ, ਤੇ ਤੁਸੀਂ ਪਹੁੰਚੋ। ਸਾਡੇ ਜਾਣ ਤੋਂ ਪਹਿਲਾਂ ਲੈ ਗਏ ਸੀ ਫਿਰ, ਤੇ ਜਦੋਂ ਹੋਸਪਿਟਲ ਅਸੀਂ ਪਹੁੰਚੇ ਸਾਨੂੰ ਪਤਾ ਲੱਗ ਗਿਆ ਵੀ ਜਿੰਦਾ ਸਿੰਘ ਮੁੱਕ ਗਿਆ। ਨੌਜਵਾਨ ਸੀ? ਵਿਆਹ ਨਹੀਂ ਸੀ। ਹੋਰ ਬੱਚੇ ਕਿੰਨੇ? 5 ਬੱਚੇ ਆ। ਇਹ ਵੱਡਾ ਛੋਟਾ? ਇਹ ਵੱਡਾ ਸੀਗਾ। ਸਾਰਿਆਂ ਦਾ ਵੱਡਾ? ਹਾਂ। ਨਹੀਂ, ਵੱਡੀ ਲੜਕੀ ਸੀ ਉਹ? ਉਹਦਾ ਤਾਂ ਵਿਆਹ ਹੋ ਗਿਆ ਨਹੀਂ, ਲੜਕੀ ਦਾ ਡੈਥ ਹੋ ਗਈ। ਡੈਥ ਹੋ ਗਈ। ਉਹ ਇੱਕ ਨਾਲ ਕੌਣ ਸੀਗਾ? ਆਪਣਾ ਸਰਬਜੀਤ ਹੈ, ਤੋਂ ਪਿੰਡ ਦਾ ਹੀ ਸੀ। ਪਿੰਡ ਦਾ ਹੀ ਸੀ, ਨਾਲੋਂ ਪਿੱਛੇ ਬੈਠਾ ਸੀ ਮੋਟਰ। ਉਹ ਕਿਵੇਂ ਜ਼ਖਮੀ ਹੋ? ਉਹ ਤਾਂ ਜ਼ਖਮੀ ਹੋ ਗਿਆ। ਉਹਨਰ ਲੈ ਗਿਆ, ਮਿਲਣਾ ਚਾਹੀਦਾ ਉਹਨਾਂ ਦੇ। ਕਾਰਵਾਈ ਹੋਣੀ ਚਾਹੀਦੀ ਜਿਹੜੀ? ਹਾਂ, ਕਾਰਵਾਈ ਉਹਨਰ ਲੈ ਗਿਆ, ਉਸ ਤੋਂ ਬਾਅਦ ਉਹਨਾਂ ਦੇ ਕਰੋ ਹੋਣੀ ਚਾਹੀਦੀ ਹੈ, ਜਵਾਬ ਮਿਲਿਆ ਇਨਸਾਫ ਮਿਲਣਾ ਚਾਹੀਦਾ। ਮੇਰਾ ਨਾਮ ਦਰੀਪ ਸਿੰਘ ਹੈ ਜੀ। ਮੇਰਾ ਭਾਂਜਾ ਜੀ, ਮੈਂ ਉਹਨਾਂ ਦਾ ਲੜਕਾ। ਮੇਰਾ ਛਿੰਦਰ ਸਿੰਘ, ਉਹਨਾਂ ਦਾ ਮੈਂ ਮਾਮਾ ਜੀ। ਇਹ ਫੰਕਸ਼ਨ ਤੇ ਗਿਆ ਸੀ ਜੀ, ਜੱਲੋ ਕਿਆਂ ਅੜਦੇ ਅਸਦੇ ਖੜਦੇ ਆ ਰਹੇ ਸੀ, ਖੁਸ਼ੀ ਖੁਸ਼ੀ ਆ ਰਹੇ ਸੀ ਘਰ ਨੂੰ। ਇਹਨਾਂ ਦੇ ਪਿਤਾ ਜੀ ਤੇ ਮਾਤਾ ਜੀ, ਪਹਿਲਾ ਮੋਟਰਸਾਈਕਲ ਉਹਨਾਂ ਦਾ ਸੀ, ਤੇ 10 ਮਿੰਟਾਂ ਤੱਕ ਕੋਈ ਵਕਬਾ ਹੋਏਗਾ। ਦੂਸਰਾ ਮੋਟਰਸਾਈਕਲ ਛੋਟਾ ਮੁੰਡਾ ਨਾਲ ਹੋਰ ਲੜਕੇ ਗਏ ਸੀ ਦੋ ਜਣੇ। ਇਹ ਜੇ ਛਿੰਦਰ ਸਿੰਘ ਤੇ ਸਰਬਜੀਤ ਸਿੰਘ ਸੀ, ਇਹ ਲਾਸਟ ਸੀਗੇ। ਇਹ ਦੋ ਲਾਈਟ ਅੱਗੋਂ ਆ ਰਹੀ ਸੀ ਗੱਡੀ ਵੱਡੀ, ਤੇ ਲਾਈਟ ਵੱਜ ਰਹੀ ਸੀ, ਇੱਕ ਲਾਈਟ ਸੀਗੀ। ਇਹ ਮੋਟਰਸਾਈਕਲ ਤੇ ਇਹਨਾਂ ਸੋਚਿਆ ਹੋਣਾ ਕਿ ਇੱਕ ਕੋਈ ਮੋਟਰਸਾਈਕਲ ਅੱਗੋਂ ਆ ਰਿਹਾ, ਇਹ ਸਿੱਧੇ ਆ ਕੇ ਇਹਨਾਂ ਦੇ ਵੱਡੀ ਗੱਡੀ ਦੇ ਵਿੱਚ ਐਕਸੀਡੈਂਟ ਹੋ ਗਿਆ, ਜਿਸ ਕਰਕੇ ਇਹਨਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ। ਜੋ ਕਿ ਦੱਸਿਆ ਜਾ ਰਿਹਾ ਸਾਨੂੰ ਵੀ ਸਾਨੂੰ ਫੋਨ ਗਿਆ ਇਸ ਤਰ੍ਹਾਂ ਤਹਿ ਸਿੰਘ ਨੂੰ, ਉਹਦੇ ਪਿਤਾ ਜੀ ਨੂੰ, ਵੀ ਇਸ ਤਰ੍ਹਾਂ ਤੁਹਾਡੇ ਲੜਕੇ ਦਾ ਐਕਸੀਡੈਂਟ ਹੋ ਗਿਆ। ਜਦੋਂ ਇਹ ਮੌਕੇ 'ਤੇ ਪਹੁੰਚੇ ਨੇ, ਇਹ ਉਹਨੂੰ ਲੈ ਕੇ ਤੇ ਉਹਨਾਂ ਚਿਰ ਸਿਵਲ ਹੋਸਪਿਟਲ ਫਿਰੋਜ਼ਪੁਰ ਪਹੁੰਚ ਗਿਆ।
ਜਿੱਥੇ ਸਰਬਜੀਤ ਸਿੰਘ ਨੂੰ ਉਹਨਾਂ ਜਵਾਬ ਦੇ ਦਿੱਤਾ, ਸਰਬਜੀਤ ਨੂੰ ਰੈਫਰ ਕਰਤਾ ਫਰੀਦਕੋਟ, ਫਰੀਦਕੋਟ ਤੋਂ ਉਹਨਾਂ ਵੀ ਜਵਾਬ ਦੇ ਦਿੱਤਾ ਜਿੱਥੇ ਉਹਨਾਂ ਰੈਫਰ ਕਰਕੇ PGI ਚੰਡੀਗੜ੍ਹ ਭੇਜ ਦਿੱਤਾ, ਜੋ ਕਿ ਸਾਡਾ ਸ਼ਿੰਦਰ ਸਿੰਘ ਪੁੱਤਰ ਟਹਿਲ ਸਿੰਘ ਪਿੰਡ ਟੇਂਡੀ ਵਾਲਿਆਂ ਨੂੰ ਸਾਬਤ ਵਾਇਆ ਜਾਵੇ ਅਤੇ ਬਣਦੀ ਕਾਰਵਾਈ ਇਹਨਾਂ ਆਰਮੀ ਵਾਲਿਆਂ 'ਤੇ ਕੀਤੀ ਜਾਵੇ। ਗਾਹ ਤੋਂ ਵੀ ਇਹ ਸਾਰੀ ਪੰਚਾਇਤ ਨਗਰ ਵਾਸੀ ਮੈਂ ਬੇਨਤੀ ਕਰਨਾ ਕਿ ਇਹਨਾਂ ਦੇ ਜੋ ਕਿ ਬਣਦੀ ਕਾਰਵਾਈ ਕੀਤੀ ਜਾਵੇ, ਜੋ ਇਹਨਾਂ ਦੇ ਰਫਤਾਰ ਥੋੜ੍ਹੀ ਜਿਹੀ ਘਟਾਈ ਜਾਵੇ ਅਤੇ ਜਾ ਕੇ ਜਨਤਾ ਨੂੰ ਪੂਰਾ ਲਾਭ ਮਿਲ ਸਕੇ। ਇੱਥੇ ਜੀ ਸੜਕ ਬਹੁਤ ਛੋਟੀ ਹੈ ਅਤੇ ਗੱਡੀਆਂ ਵੱਡੀਆਂ ਨੇ, ਜਾਂ ਤਾਂ ਸੜਕ ਨੂੰ ਚੌੜੀ ਕਰਾਇਆ ਜਾਵੇ ਅਤੇ ਜਾਂ ਫਿਰ ਇੱਥੇ ਗੱਡੀਆਂ ਥੋੜ੍ਹੀਆਂ ਸਲੋ ਕਰਕੇ ਘੱਟ ਕੀਤੀਆਂ ਜਾਣ। ਜਿਹੜਾ PGI ਦੇ ਵਿੱਚ ਜਿਹੜਾ ਹੁਣ ਇਲਾਜ ਚੱਲਦਾ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਪਰਿਵਾਰ ਵਾਲਿਆਂ ਨੇ ਦੱਸਿਆ, ਹੁਣ ਦੇਖਣਾ ਹੈ ਕਿ ਪੁਲਿਸ ਇਸ ਜਿਹੜੀ ਘਟਨਾ ਜਿਹੜੀ ਵਾਪਰੀ ਆ, ਜਿਹੜਾ ਐਕਸੀਡੈਂਟ ਹੋਇਆ ਰੋਡ ਐਕਸੀਡੈਂਟ, ਇਹਦੇ 'ਤੇ ਹੁਣ ਕੀ ਕਾਰਵਾਈ ਕਰਦੀ ਆ ਅਤੇ ਕਿਹਨਾਂ 'ਤੇ ਕਾਰਵਾਈ ਹੁੰਦੀ ਆ ਇਹ ਦੇਖਣਾ ਬਾਕੀ ਆ। ਲੇਕਿਨ ਪੀੜਿਤ ਪਰਿਵਾਰ ਆ ਉਹ ਇਨਸਾਫ ਦੀ ਮੰਗ ਕਰਦਾ, ਉਹ ਸਾਫ ਤੌਰ 'ਤੇ ਦਿਖਾਈ ਦੇ ਰਿਹਾ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ।